ਹਾਂਜੀ ਫਰੈਂਡਸ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੀ ਆਪਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਿਖੇ ਨਿਕਲੀਆਂ ਹੋਈਆਂ ਪੋਸਟਸ ਬਾਰੇ ਠੀਕ ਹੈ ਜੀ ਸਟੇਟ ਬੈਂਕ ਆਫ ਇੰਡੀਆ 'ਚ ਵੀ 700 ਤੋਂ ਵੱਧ ਪੋਸਟਾਂ ਨਿਕਲੀਆਂ ਨੇ ਇਹਨਾਂ ਦੀ ਵੀਡੀਓ ਤੁਹਾਨੂੰ ਬਾਅਦ 'ਚ ਮਿਲੇਗੀ ਠੀਕ ਹੈ ਜੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਦਿਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਉਹਦਾ ਨੋਟਿਸ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਰੱਖਿਆ ਘੰਟੀ ਦਾ ਬਟਨ ਦਬਾ ਰੱਖਿਆ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਹੈ ਜੀ ਜਿਹੜੇ ਰਹਿ ਗਏ ਨੇ ਪਲੀਜ਼ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਿਓ ਤਾਂ ਕਿ ਜਦੋਂ ਕੋਈ ਵੀ ਪੋਸਟ ਆਵੇ ਉਹਦਾ ਨੋਟੀਫਿਕੇਸ਼ਨ ਉਹਦਾ ਮੈਸੇਜ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਚਲੋ ਜੀ ਗੱਲ ਕਰਦੇ ਆਂ ਆਪਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਿੱਚੋਂ ਨਿਕਲੀਆਂ ਹੋਈਆਂ ਪੋਸਟਸ ਦੀ TGT ਟ੍ਰੇਨਡ ਗ੍ਰੈਜੂਏ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋਣਾ 12/9/2022 ਸਵੇਰੇ 9 ਵਜੇ ਤੋਂ ਲਾਸਟ ਡੇਟ ਹੈ ਜਿਹੜੀ ਜੀ 3/10/2022 ਸ਼ਾਮ 5 ਵਜੇ ਤੱਕ ਰਹੇਗੀ ਤੇ ਫੀਸ ਭਰਨ ਦੀ ਲਾਸਟ ਡੇਟ ਹੈ ਜਿਹੜੀ ਉਹ 6/10/2022 ਦੁਪਹਿਰ 2 ਵਜੇ ਤੱਕ ਹੈ ਕੈਂਡੀਡੇਟ ਸਾਰੇ ਧਿਆਨ ਦਿਓ ਜੀ ਲਾਸਟ ਡੇਟ ਦੀ ਵੇਟ ਕਿਸੇ ਨੇ ਨਹੀਂ ਕਰਨੀ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਆਪਣਾ ਐਪਲੀਕੇਸ਼ਨ ਫਾਰਮ ਭਰ ਕੇ ਸੁਰਖਰੂ ਹੋ ਜਾਓ ਅਪਲਾਈ ਕਰਨ ਦੇ ਲਈ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਨਫੋ ਪੋਰਟਲ ਗੂਮੈਂਟ ਜੋ ਤੁਸੀਂ YouTube ਤੇ ਸਰਚ ਕਰੋਗੇ ਦੇਖੋ ਸਰਚ ਕਰਨ ਤੋਂ ਬਾਅਦ ਇਹ ਵਾਲਾ ਚੈਨਲ ਤੁਹਾਨੂੰ ਮਿਲ ਜੇਗਾ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਹੈ ਬੈਲ ਆਈਕਨ ਪ੍ਰੈਸ ਕਰ ਲੈਣਾ ਅੱਗੇ ਹੋਮ ਪੇਜ ਦੇ ਉੱਪਰ ਹੀ ਤਿੰਨ ਹੋਰ ਚੈਨਲ ਨੇ ਟੈਗ ਗੁਰੂ ਆਲਟਾਈਪ ਵੀਡੀਓ ਤੇ ਪਕਾਤੇ ਰਹੋ ਇਹ ਕਾਫੀ ਕੈਂਡੀਡੇਟ ਰਹਿ ਗਏ ਨੇ ਸਬਸਕ੍ਰਾਈਬ ਕਰਨ ਤੋਂ ਪਲੀਜ਼ ਸਾਰੇ ਸਬਸਕ੍ਰਾਈਬ ਕਰਕੇ ਜਾਓ ਟੈਕਨੀਕਲ ਵੀਡੀਓ ਅਪਲਾਈ ਕਰਨ ਸੰਬੰਧੀ ਕੋਈ ਵੀ ਦਿੱਕਤ ਹੈ ਤਾਂ ਸਾਰੀਆਂ ਵੀਡੀਓ ਤੁਹਾਨੂੰ ਟੈਗ ਗੁਰੂ ਚੈਨਲ ਤੇ ਮਿਲਣਗੀਆਂ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਰਖਣਾ ਕ ਹਰੀ ਆਫ ਕਲਾਸ ਦੀਆਂ ਪਲੇਲਿਸਟਾਂ ਦੇਖੋ ਬਣੀ ਹੋਈ ਹੈ ਜੇ ਕਿਸੇ ਕੈਂਡੀਡੇਟ ਨੂੰ ਦਿੱਕਤ ਆਉਂਦੀ ਹੈ ਤਾਂ ਪਲੇਲਿਸਟ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਵੀਡੀਓ ਤੇ ਕਲਿੱਕ ਕਰੋਗੇ ਜਾਂ ਵੀਡੀਓ ਸੈਕਸ਼ਨ ਦੇ ਵਿੱਚ ਸਾਰੀਆਂ ਪੋਸਟਸ ਹੋਣ ਤੱਕ ਦੀਆਂ ਪਈਆਂ ਨੇ ਜਿਵੇਂ ਨੈਪ ਤਹਿਸੀਲਦਾਰ ਦੀਆਂ 78 ਅਸਾਮੀਆਂ ਲਈ ਮੈਰਿਟ ਲਿਸਟ ਆਈ ਹੈ ਐਸਐਸ ਬੋਰਡ ਵੱਲੋਂ ਦੋ ਨੋਟਿਸ ਜਾਰੀ ਹੋਏ ਨੇ ਤੇ ਪੋਸਟਾਂ ਦਾ ਵਾਧਾ ਹੋਇਆ 565486 ਕਲਰਕਾਂ ਦੀਆਂ ਪੋਸਟਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਬਸ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਕਰੋ ਮੈਸੇਜ ਤੁਹਾਡੇ ਕੋਲ ਨਾਲ ਦੀ ਨਾਲ ਪਹੁੰਚ ਜਾਏਗਾ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਏਗੀ ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਵੀਡੀਓ ਓਪਨ ਕਰੋਗੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਸਾਰੇ ਦੇ ਸਾਰੇ ਲਿੰਕ ਮਿਲ ਜਾਣਗੇ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂ ਕੋਈ ਕੈਂਡੀਡੇਟ ਰਹੇ ਨਾ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਬਿਨਾ ਵੀਡੀਓ ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਸ਼ੋ ਮੋਰ ਤੇ ਤੁਸੀਂ ਕਲਿੱਕ ਕਰੋਗੇ ਸਾਰੇ ਦੇ ਸਾਰੇ ਲਿੰਕ ਮਿਲ ਜਾਣਗੇ ਆ 5486 ਪੋਸਟਸ ਆਈਆਂ ਨੇ ਅਪਲਾਈ ਕਰਨ ਲਈ ਕਲਰਕ ਦੀਆਂ ਉਹਨਾਂ ਦਾ ਲਿੰਕ ਹੈ ਜੀ ਪੀਡੀਐਫ ਫਾਈਲ ਦੇ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਪਿਆ ਫੇਸਬੁੱਕ ਪੇਜ ਪਿਆ ਟਵਿੱਟਰ ਪਿਆ ਇੰਸਟਾਗ੍ਰam ਪਿਆ ਸਾਰੇ ਦੇ ਸਾਰੇ ਤੁਸੀਂ ਫੋਲੋ ਕਰ ਲੈਣੇ ਨੇ ਤਾਂ ਕਿ ਕਿਤੋਂ ਵੀ ਕੋਈ ਇਨਫੋਰਮੇਸ਼ਨ ਹੈ ਜਿਹੜੀ ਉਹ ਮਿਸ ਨਾ ਹੋਵੇ ਤੁਹਾਡੇ ਤੋਂ ਕਲੀਅਰ ਹੈ ਜੀ ਚਲੋ ਬਾਕੀ ਹੁਣ ਦੁਬਾਰਾ ਨੋਟੀਫਿਕੇਸ਼ਨ ਦੇ ਵੱਲ ਚੱਲਦੇ ਆਪਾਂ 90 ਪੋਸਟਾਂ ਨੇ ਜੀ TGT ਦੀਆਂ 35400 ਜਿਹੜੀ ਐਜ਼ ਰਿਵਾਈਜ਼ਡ ਟਾਈਮ ਟੂ ਟਾਈਮ ਆਫ ਦਾ ਸੁਸਾਇਟੀ ਦੇ ਅਕੋਰਡਿੰਗ ਮਿਲੇਗੀ ਪੋਸਟਸ ਕਿਹੜੀਆਂ-ਕਿਹੜੀਆਂ ਨੇ ਜੀ TGT ਇੰਗਲਿਸ਼ ਦੀਆਂ ਹਿੰਦੀ ਦੀਆਂ ਪੰਜਾਬੀ ਦੀਆਂ ਮੈਥ ਦੀਆਂ ਸਾਇੰਸ ਦੀਆਂ ਨਾਨ ਮੈਡੀਕਲ ਮੈਡੀਕਲ ਸਾਇੰਸ ਦੀਆਂ ਤੇ TGT ਸੋਸ਼ਲ ਸਟੱਡੀਜ਼ ਦੀਆਂ ਟੋਟਲ 19 ਪੋਸਟਸ ਨੇ ਜੀ ਤੇ ਹਰੀਜ਼ਨਟਲ ਰਿਜ਼ਰਵੇਸ਼ਨ PWD ਤੇ ESM ਦੀਆਂ ਅਲੱਗ ਤੋਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਕੈਟਾਗਰੀ ਵਾਈਜ਼ ਤੁਸੀਂ ਵੰਡ ਦੇਖ ਸਕਦੇ ਹੋ ਇਹਦੀ PDF ਵੀ ਤੁਹਾਨੂੰ ਮਿਲ ਜੇਗੀ PDF ਦੇ ਲਈ ਲਿੰਕ ਹੈ نیچے ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉੱਥੋਂ ਜਾ ਕੇ PDF ਫਾਈਲ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਕੁਆਲਿਫੀਕੇਸ਼ਨ ਦੀ ਗੱਲ ਕਰ ਲੈਣੇ ਜੀ ਗ੍ਰੈਜੂਏਟ ਕੈਂਡੀਡੇਟ ਹੋਣਾ ਚਾਹੀਦਾ ਹੈਗਾ ਰਿਲੇਟਿਵ ਰਿਲੇਵੈਂਟ ਸਬਜੈਕਟ ਦੇ ਵਿੱਚ ਇਲੈਕਟਿਵ ਸਬਜੈਕਟ ਦੇ ਵਿੱਚ ਜਾਂ ਘੱਟੋ ਘੱਟ 50% ਮਾਰਕਸ ਦੇ ਨਾਲ ਡਿਗਰੀ ਹੈ ਜਿਹੜੀ ਬੈਚਲੋਰ ਆਫ ਐਜੂਕੇਸ਼ਨ ਦੀ ਬੀਐਡ ਉਹਦੇ ਕੋਲੇ ਹੋਣੀ ਚਾਹੀਦੀ ਹੈ ਫਰੋਮ ਐਨ ਇੰਸਟੀਟਿਊਟ ਐਨਸੀਟੀਈ ਘੱਟੋ ਘੱਟ 50% ਮਾਰਕਸ ਦੇ ਨਾਲ ਪਾਸ ਕੀਤਾ ਹੋਣਾ ਚਾਹੀਦਾ ਉਸਨੇ सीटेट ਸੈਂਟਰਲ ਐਲੀਜੀਬਿਲਟੀ ਟੈਸਟ ਪੇਪਰ 2 ਕੰਡਕਟਡ ਬਾਈ ਦਾ CBSE ਪਾਸ ਕੀਤਾ ਹੋਣਾ ਚਾਹੀਦਾ ਜਾਂ ਕੈਂਡੀਡੇਟ ਕੋਲੇ 4 ਸਾਲ ਦਾ ਬੀਏ ਬੀਐਡ ਦਾ ਇੰਟੀਗ੍ਰੇਟਿਡ ਕੋਰਸ ਹੋਣਾ ਚਾਹੀਦਾ ਜਾਂ ਬੀਐਸਸੀ ਬੀਐਡ ਦਾ ਹੋਣਾ ਚਾਹੀਦਾ ਜਾਂ ਇਸ ਦੇ ਬਰਾਬਰ ਦਾ ਘੱਟੋ-ਘੱਟ 50% ਮਾਰਕਸ ਦੇ ਨਾਲ ਤੇ ਪਾਸ ਕੀਤਾ ਹੋਣਾ ਚਾਹੀਦਾ ਕੈਂਡੀਡੇਟ ਨੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ सीटेट ਪੇਪਰ 2 ਵਾਲਾ ਕਲੀਅਰ ਹੈ ਜੀ ਹੁਣ ਗੱਲ ਕਰਦੇ ਆ ਰੈਲੇਵੈਂਟ ਸਬਜੈਕਟ ਲੈਕਟਿਵ ਸਬਜੈਕਟ ਅੰਡਰ ਦਾ ਐਸੈਂਸ਼ੀਅਲ ਕੁਆਲੀਫਿਕੇਸ਼ਨ TGT ਦੇ ਲਈ ਆਹ ਆਹ ਜਿਹੜੀਆਂ ਮੈਡੀਕਲ TGT ਸਾਇੰਸ ਨੋਨ ਮੈਡੀਕਲ ਦੇ ਲਈ ਫਿਜ਼ਿਕਸ కెਮਿਸਟਰੀ ਮੈਥਮੈਟਿਕਸ ਮੈਡਿਕਸ ਰਿਲੇਵੈਂਟ ਸਾਇੰਸ ਮੈਥਮੈਟਿਕਸ ਜਾਂ ਫੋਰ ਇੰਟੀਗੇਟਰ ਦੇ ਲਈ BSC BEd ਜਾਂ BEd ਫਿਜ਼ਿਕਸ కెਮਿਸਟਰੀ ਐਂਡ ਮੈਥਮੈਟਿਕਸ ਇਹ ਸਾਰੇ ਦੀ ਸਾਰੀ ਤੁਸੀਂ ਇੱਕ ਵਾਰ ਡਿਟੇਲ ਕਰ ਲਿਓ ਜੇ ਆਪਾਂ ਸਾਰੇ ਇਕੱਲੇ ਇਕੱਲੇ ਪੜਾਂਗੇ ਤਾਂ ਵੀਡੀਓ ਕਾਫੀ ਲੰਬੀ ਹੋ ਜਾਏਗੀ PDF ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗੀ ਕਲੀਅਰ ਹੈ ਜੀ ਜੇ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰ ਦੇਣਾ ਮੈਰਿਟ ਲਿਸਟ ਹੈ ਜਿਹੜੀ ਜੀ ਉਹ ਪ੍ਰਪੇਅਰ ਹੋਏਗੀ ਮਾਰਕਸ ਦੇ ਬੇਸ ਤੇ ਆਬਜੈਕਟਿਵ ਟਾਈਪ ਟੈਸਟ ਹੋਏਗਾ 150 ਮਾਰਕਸ ਹੋਣਗੇ ਜੀ ਪੇਪਰ A ਤੇ ਪੇਪਰ B ਦੋ ਪਾਰਟ ਹੋਣਗੇ ਸਿੰਗਲ ਸਟੇਜ ਦੇ ਵਿੱਚ ਕੰਡਕਟ ਜਾਂ ਮਲਟੀਪਲ ਸਟੇਜ ਦੇ ਵਿੱਚ ਜਾਂ ਸੈਸ਼ਨ ਦੇ ਵਿੱਚ ਕੰਡਕਟ ਕੀਤੇ ਜਾ ਸਕਦੇ ਆ ਕੁਆਲੀਫਾਈ ਮਾਰਕ ਜਿਹੜੇ ਰਹਿਣਗੇ ਜੀ ਪਾਰਟ A ਤੇ ਪਾਰਟ B ਦੋਨਾਂ ਦੇ ਵਿੱਚੋਂ ਅਲੱਗ-ਅਲੱਗ ਘੱਟੋ-ਘੱਟ ਜਿਹੜੇ 40% ਮਾਰਕਸ ਨੇ ਕੈਂਡੀਡੇਟ ਨੇ ਲੈਣੇ ਹੀ ਲੈਣੇ ਨੇ ਕੋਈ ਇੰਟਰਵਿਊ ਨਹੀਂ ਹੋਏਗੀ ਜੀ ਰਿਟਨ ਟੈਸਟ ਹੈ ਜਿਹੜਾ ਜੀ ਮਲਟੀਪਲ ਚੁਆਇਸ ਕੁਐਸਚਨ ਦੇ ਆਧਾਰ ਤੇ ਹੋਏਗਾ ਟੋਟਲ ਮਾਰਕਸ 100 ਹੋਣਗੇ ਕੁਐਸਚਨ ਵੀ ਆ 150 ਹੋਣਗੇ ਕੁਐਸਚਨ ਵੀ 150 ਹੋਣਗੇ ਜੀ ਪਾਰਟ ਏ ਹੈ ਜਿਹੜਾ 50 ਮਿੰਟ ਦਾ ਹੋਏਗਾ ਸਿੰਗਲ ਸ਼ਿਫਟ ਦਾ ਪਾਰਟ ਬੀ ਹੈ ਜਿਹੜਾ 100 ਮਿੰਟਸ ਦਾ ਹੋਏਗਾ MCQ ਜਿਹੜੇ ਜੀ ਉਹ ਦੇਖ ਲਓ ਪਾਰਟ A ਦੇ ਵਿੱਚ 50 ਕੁਐਸਚਨ ਹੋਣਗੇ 50 ਮਾਰਕਸ ਦੇ ਜਰਨਲ ਅਵੇਅਰਨੈਸ ਰੀਜ਼ਨਿੰਗ ਅਥਮੈਟਿਕਲ ਨੰਮੈਰਿਕਲ ਨੰਮੈਰਿਕਲ ਐਬਿਲਿਟੀ ਹੋਏਗੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਦੇ 12-12 ਕੁਐਸਚਨ ਹੀ ਉਹਦੇ ਟੀਚਿੰਗ ਐਬਿਟੀਟਿਊਡ ਐਂਡ ਪੈਡਾਗੋਜੀ ਦੇ 12 ਹੋਣਗੇ ਜੀ ਟੈਸਟ ਆਫ ਇੰਗਲਿਸ਼ ਹਿੰਦੀ ਪੰਜਾਬੀ ਲੈਂਗੁਏਜ ਦਾ ਐਂਡ ਕੰਪਰੀਹੈਂਸਨ ਦੇ 14 ਕੁਐਸਚਨ ਹੋਣਗੇ ਇੰਗਲਿਸ਼ 5 ਹਿੰਦੀ 5 ਐਂਡ ਪੰਜਾਬੀ 4 ਵੰਡ ਇਹਨਾਂ ਨੇ ਦੇ ਦਿੱਤੀ ਜੀ 5 ਤੇ 5 10 ਤੇ 4 14 ਕੁਐਸਚਨ ਪਾਰਟ ਬੀ ਦੇ ਵਿੱਚ 100 ਮਾਰਕਸ 100 ਕੁਐਸਚਨ ਹੋਣਗੇ ਜੀ ਕੁਐਸਚਨ ਰਿਲੇਟ ਹੋਣਗੇ ਸਬਜੈਕਟ ਦੇ ਅਕੋਰਡਿੰਗ ਰਿਲੇਟਿੰਗ ਟੂ ਪੋਸਟ 100 ਕੁਐਸਚਨ ਹੋਣਗੇ ਮਿਨੀਮਮ ਕੁਆਲੀਫਾਈ ਮਾਰਕ ਦੁਬਾਰਾ ਫਿਰ ਦੱਸ ਦਈਏ ਜੀ 40% ਨੇ 네ਗੇਟਿਵ ਮਾਰਕਿੰਗ ਹੋਏਗੀ 0.25 1/4 ਮਾਰਕਸ ਜਿਹੜੇ ਕੱਟੇ ਜਾਣਗੇ ਜੀ 네ਗੇਟਿਵ ਮਾਰਕਿੰਗ ਦੇ ਲਈ ਬਾਕੀ ਜਿਹੜੀ ਡਿਟੇਲ ਹੈਗੀ ਤੁਸੀਂ ਧਿਆਨ ਨਾਲ ਦੇਖ ਲੈਣੀ ਹੈ ਕਲੀਅਰ ਹੈ ਜੀ ਮੋਟੀਆਂ-ਮੋਟੀਆਂ ਆਪਾਂ ਚੀਜ਼ਾਂ ਪੜ ਰਿਹਾ ਹੈ ਸਿਲੈਕਸ਼ਨ ਪ੍ਰੋਸੀਜਰ ਹੈ ਜਿਹੜਾ ਤੁਸੀਂ ਉਹ all the candidates who will submit online application along with a uh, काफी लंबा आएगा ਤੁਸੀਂ रीड ਕਰ ਲਿਓ ਏਜ ਦੀ ਗੱਲ ਕਰ ਲੈਣੇ ਜੀ ਏਜ ਹੈ 21 ਤੋਂ 37 ਸਾਲ ਕੈਂਡੀਡੇਟ ਦੀ ਹੋਣੀ ਚਾਹੀਦੀ ਹੈ 1 1 2022 ਨੂੰ ਰਿਲੈਕਸੇਸ਼ਨ ਮਿਲੇਗੀ ਅਕੋਰਡਿੰਗ ਟੂ ਕੈਟਾਗਰੀ ਪ੍ਰੋਸੀਜਰ ਹੈ ਜਿਹੜਾ ਜੀ ਆਨਲਾਈਨ ਅਪਲਾਈ ਕਰਨ ਦਾ ਆਨਲਾਈਨ ਅਪਲਾਈ ਵਾਲਾ ਲਿੰਕ ਹੈ ਜਿਹੜਾ ਤੁਹਾਨੂੰ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦਾਂਗੇ ਉਥੋਂ ਲਿੰਕ ਵੀ ਤੁਸੀਂ ਫਾਈਂਡ ਆਊਟ ਕਰ ਲਿਓ ਫੀਸ ਹੈ ਜਿਹੜੀ ਫੀਸ ਦੀ ਗੱਲ ਕਰ ਲੈਣੇ ਜੀ ਨੋਨ ਰਿਫੰਡ ਵਾਲ ਫੀਸ ਹੋਏਗੀ 1000 ਰੁਪਿਆ ਹੋਏਗੀ 500 ਇਨ ਕੇਸ ਆਫ ਐਸਸੀ ਬਾਕੀ ਦੀ ਨਹੀਂ 1000 ਹੈ 500 ਐਸਸੀ ਦੇ ਲਈ ਹੈ ਤੇ ਅਪ ਟੂ 610 2000 ਬਾਈ ਇਹ ਤਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਅਪਲਾਈ ਕਰਨ ਤੋਂ ਪਹਿਲਾਂ ਅਪਲਾਈ ਡੇਟ ਤੋਂ ਪਹਿਲਾਂ ਪਹਿਲਾਂ ਸਾਰਿਆਂ ਨੇ ਲਾਸਟ ਡੇਟ ਕਿਸੇ ਨੇ ਵੇਟ ਨਹੀਂ ਕਰਨੀ ਪਹਿਲਾਂ ਪਹਿਲਾਂ ਆਪਣਾ ਅਪਲਾਈ ਕਰਕੇ ਸੁਰਖਰੂ ਹੋ ਜਾਓ ਆਨਲਾਈਨ ਅਪਲਾਈ ਦਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਉਥੋਂ ਫਾਈਂਡ ਆਊਟ ਕਰ ਲਿਓ ਪੀਡੀਐਫ ਫਾਈਲ ਵੀ ਜਿਹੜੀ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ ਉਥੋਂ ਚੈੱਕ ਕਰ ਲਿਓ ਤੇ ਸ਼ਡਿਊਲ ਡਿਸਪਲੇ ਆਫ ਲਿਸਟਡ ਐਂਡ ਕੰਡਕਟ ਰਿਟਨ ਟੈਸਟ ਜਿਹੜਾ ਇਹ ਸ਼ਡਿਊਲ ਹੈ ਜੀ ਇਹੋ 10 ਡੇਟਸ ਦਸੀਆਂ ਹੋਈਆਂ ਨੇ ਔਨਲਾਈਨ ਅਪਲਾਈ ਦਾ 10 10 3 10 6 10 ਹਾਂ ਫੀਸ ਕਨਫਰਮੇਸ਼ਨ ਲਿਸਟ ਜਿਹੜੀ 14 10 2022 ਨੂੰ ਪਤਾ ਲੱਗ ਜੇਗੀ ਅਤੇ ਰਿਟਰਨ ਟੈਸਟ ਜਿਹੜਾ ਉਹ ਨੋਟੀਫਾਈ ਕਰਿਆ ਜਾਏਗਾ ਵੀ ਕਦੋਂ ਰਿਟਰਨ ਟੈਸਟ ਹੋਣਾ 26 10 2022 ਨੂੰ ਤੁਹਾਨੂੰ ਦੱਸ ਦਿੱਤਾ ਜਾਏਗਾ ਕੰਟੀ ਦਾ ਬਟਨ ਜਰੂਰ ਦਬਾ ਕੇ ਰੱਖਿਓ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤਾਂ ਕਿ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਵੇ ਉਹ ਮਿਸ ਨਾ ਹੋਵੇ ਤੁਹਾਡੇ ਤੋਂ ਕਲੀਅਰ ਹੈ ਜੀ ਟੈਲੀਗ੍ਰਾਮ ਚੈਨਲ ਜੁੜ ਜੁਆਇਨ ਕਰਕੇ ਰੱਖਿਓ ਟੈਲੀਗ੍ਰਾਮ ਚ ਪੋਸਟ ਕਰ ਦਿੰਨੇ ਆ ਠੀਕ ਹੈ ਜੀ ਬਾਕੀ ਜਾਣਕਾਰੀ ਸਾਰੀ ਤੁਹਾਨੂੰ ਮਿਲਦੀ ਰਹੂਗੀ ਇਸੇ ਚੈਨਲ ਦੇ ਲਈ ਦੁਬਾਰਾ ਫੇਰ ਸਾਰਿਆਂ ਨੂੰ ਰਿਕਵੈਸਟ ਹੈ ਜੀ ਜਿਹੜੇ ਰਹਿ ਗਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਤਾਂ ਕਿ ਸਾਰੀਆਂ ਸਾਰੀਆਂ ਪੋਸਟ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲਦੀਆਂ ਰਹਿਣ 700 ਪੋਸਟਾਂ ਆਈਆਂ ਨੇ ਜਿਹੜੀਆਂ ਜੀ ਉਹਦੀ ਵੀ ਆਪਾਂ ਵੀਡੀਓ ਹੁਣੇ ਹੀ ਇਸ ਤੋਂ ਬਾਅਦ ਜਿਹੜੀ ਉਹ ਅਪਲੋਡ ਕਰਨ ਲੱਗੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਨ ਤੋਂ ਗੁਰੇਜ਼ ਨਾ ਕਰਿਆ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਸਟੇ ਕ